ਸੇਵਾ ਕਰਦੇ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਤਨੀ, ਉਹਨਾਂ ਦੇ ਮਹਿਲ, ਜਦੋਂ ਉਹਨਾਂ ਨੇ ਇਹ ਬਚਨ ਕੀਤਾ ਕਿ ਬੀਬੀ ਭਾਗੀ ਜੀ ਹੁਣ ਜਵਾਨ ਹੋ ਗਏ ਨੇ, ਉਹਨਾਂ ਦੇ ਵਾਸਤੇ ਇੱਕ ਵਰ ਦੀ ਲੋੜ ਹੈ, ਕਿਉਂਕਿ ਬੀਬੀ ਦਾਨੀ ਜੀ ਉਹਨਾਂ ਤੋਂ ਵੱਡੇ ਸੀ। ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮ ਜੀ ਦੇ ਨਾਲ ਹੋਇਆ ਸੀ। ਭਾਈ ਰਾਮਾ ਜੀ ਇਤਿਹਾਸ ਦੇ ਵਿੱਚ ਨਾਮ ਆਉਂਦਾ, ਉਹਨਾਂ ਦੇ ਨਾਲ ਵਿਆਹ ਹੋਇਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਘੁੰਮਣੀਆਂ ਵੇਚਦੇ ਸੀ ਤੇ ਉੱਥੇ ਆ ਗਏ। ਇਹ ਬਚਨ ਚੱਲਦਾ ਪਿਆ ਸੀ ਕਿ ਹੁਣ ਵਰ ਦੀ ਲੋੜ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਹਾਨੂੰ ਕਿੱਦਾਂ ਦਾ ਵਰ ਚਾਹੀਦਾ ਹੈ, ਕਿੱਦਾਂ ਦਾ ਜਵਾਈ ਚਾਹੀਦਾ ਹੈ। ਮਾਤਾ ਰਾਮ ਕੌਰ ਜੀ ਪੁੱਛਣ ਲੱਗੇ ਤੇ ਮਾਤਾ ਜੀ ਕਹਿਣ ਲੱਗੇ ਕਿ ਸਾਨੂੰ ਭਾਈ ਜੇਠੇ ਵਰਗਾ ਚਾਹੀਦਾ ਹੈ ਜਵਾਈ। ਤੇ ਕਹਿਣ ਲੱਗੇ ਕਿ ਜੇ ਇਹਨਾਂ ਦਾ ਚਾਹੀਦਾ ਹੈ ਤੇ ਇਹਦੇ ਵਰਗਾ ਕੋਈ ਹੈਗਾ ਨਹੀਂ। ਉਹਨਾਂ ਦੇ ਨਾਲ ਫਿਰ ਮਾਤਾ ਭਾਨੀ ਜੀ, ਬੀਬੀ ਭਾਨੀ ਜੀ ਦਾ ਵਿਆਹ ਹੁੰਦਾ ਹੈ। ਉਹਨਾਂ ਦੇ ਘਰ ਗੁਰੂ ਰਾਮਦਾਸ ਪਾਤਸ਼ਾਹ ਜੀ ਰਹਿ ਕੇ ਸੇਵਾ ਕਰਦੇ ਨੇ। ਇੱਕ ਪਾਸੇ ਦੇਖਿਓ, ਹੁਣ ਧਿਆਨ ਦੇ ਦਿਓ, ਆਪਣੇ ਮਨ ਬਿਰਤੀ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਇਕਾਗਰ ਕਰਿਓ ਤੇ ਧਿਆਨ ਦੇ ਕੇ ਇਹ ਬਚਨ ਨੂੰ ਸਰਵਣ ਕਰਿਓ ਧਿਆਨ ਦੇ ਨਾਲ। ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹੇ ਨੇ। ਇੱਕ ਹੈ ਸੰਗਤ ਦੀ ਤਰ੍ਹਾਂ, ਇੱਕ ਗੁਰੂ ਦੀ ਸਿੱਖ ਦੀ ਤਰ੍ਹਾਂ, ਕਿ ਇੱਕ ਪਾਸੇ ਸੰਗਤ ਪ੍ਰਾਪਤ ਕੀਤੀ, ਇੱਕ ਪਾਸੇ ਸਿੱਖ ਬਣੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਤੇ ਇੱਕ ਪਾਸੇ ਧਿਆਨ ਦੇ ਵੀ ਉਹ ਜਵਾਈ ਨਹੀਂ ਬਣੇ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਜਵਾਈ ਸਹੁਰੇ ਘਰੇ ਚਲੇ ਜਾਵੇ ਨਾ, ਕਿੰਨੀ ਇੱਜ਼ਤ ਕਰਦੇ ਉਹਨਾਂ ਦੀ, ਧਿਆਨ ਦੇ ਲਓ। ਦਾਰੂ ਦੀਆਂ ਬੋਤਲਾਂ ਮੇਰੀ ਤੇ ਰੱਖਣੀਆਂ ਨੇ, ਇੰਨਾ ਸਤਿਕਾਰ ਆ ਗਿਆ, ਅੱਜ ਪਿਆਰ ਇੰਨਾ ਆ ਗਿਆ। ਜਵਾਈ ਕਿਤੇ ਰੁਸ ਕੇ ਘਰ ਦੇ ਵਿੱਚੋਂ ਚਲੇ ਨਾ ਜਾਵੇ, ਸਹੁਰੇ ਘਰ ਦੇ ਵਿੱਚੋਂ, ਏਦਾਂ ਦਾ ਅੱਜ ਸਮਾਂ ਹੈ।